ਉਹ ਟੇਪ ਰਿਕਾਰਡ ਵੇਚਣ ਵਾਲਾ ਟੇਪ ਰਿਕਾਰਡ ਦੇ ਇੰਨੇ ਫੰਕਸ਼ਨ ਨਹੀਂ ਸੀ ਦੱਸ ਰਿਹਾ ਉਸਦੇ, ਵਾਰ ਵਾਰ ਦੱਸੀ ਜਾਂਦਾ ਸੀ ਇਹਦੇ ਨਾਲ ਮਲਕੀਤ ਸਿੰਘ ਦੀ ਐਲਬਮ ਫ੍ਰੀ ਮਿਲੇਗੀ, ਫ੍ਰੀ ਮਿਲੇਗੀ। ਉਹਨੂੰ ਐਂ ਸੀਗਾ ਐਲਬਮ ਦੇ ਚੱਕਰ 'ਚ ਟੇਪ ਖਰੀਦ ਲੈਣ, ਹੈ ਨਾ। ਔਰ ਅਸੀਂ ਖਰੀਦ ਲਈ, ਉਹਦੇ ਕੋਲ ਕਾਰ ਹੁੰਦੀ ਸੀ ਜ਼ੈਨ, ਹਾਂ, ਅਤੇ ਉਹਦੇ 'ਚ ਤੇਲ ਪਵਾਉਣ ਨੂੰ ਪੈਸੇ ਨਾ ਹੋਇਆ ਕਰਨੇ। ਉੱਤੋਂ ਮਾੜੀ ਕਿਸਮਤ ਨੂੰ ਉਹ ਵੀ ਚੋਰੀ ਹੋ ਗਈ। ਮਰਨ ਤੋਂ ਬਾਅਦ ਵਾਲਾ ਪਾਰਟ ਸ਼ੂਟ ਕਰਦੇ ਸੀ, ਮੈਨੂੰ ਘੁੱਗੀ ਭਾਅ ਜੀ ਕਹਿੰਦੇ ਯਾਰ ਮਰਨ ਤੋਂ ਬਾਅਦ ਸੱਚੀ ਆਹ ਕੁਛ ਹੁੰਦਾ? ਮੈਂ ਕੀ ਗੱਲ, ਕਹਿੰਦੇ ਸਾਲਾ ਮਰਨ ਨੂੰ ਜੀਜਿਆ ਕਰੀ ਜਾਂਦਾ ਵਾ। ਤੂੰ ਇਹ ਹਿਸਾਬ ਲਾ ਲਾ ਵੀ ਜਦੋਂ ਕੁੜੀ ਨੇ ਕੁਛ ਕਿਹਾ ਤਾਂ ਉਸ ਤੋਂ ਬਾਅਦ ਹੋ ਗਿਆ ਮਰ ਗਏ ਹੋਏ ਲੋਕੋ। Hey Mirchi people, ਮੇਰਾ ਨਾਂ ਜੀ ਸਨੀ ਔਰ ਮੇਰੇ ਨਾਲ ਦੇਸੀ ਰੌਕ ਸਟਾਰ ਸਾਡੇ ਜੱਟ ਜੇਮਸ ਬੌਂਡ ਬਾਈ ਨੇ। ਸੋ ਮਤਲਬ ਇਹਨਾਂ ਨੇ ਹਰ ਵਾਰ ਨਾ ਨਵੇਂ ਨਵੇਂ ਕਾਰੇ ਕੀਤੇ ਨੇ ਆਪਣੀ ਇੰਡਸਟਰੀ ਦੇ ਵਿੱਚ। ਮਤਲਬ ਅਰਦਾਸ ਕੀਤੀ ਤਾਂ ਉਹ ਇੱਕਦਮ ਨਵਾਂ ਕਾਰਾ ਸੀ, ਉਹ ਜਿਹੜਾ ਆਪਾਂ ਬੈਂਕ ਲੁੱਟਿਆ ਸੀ ਜੱਟ ਜੇਮਸ ਬੌਂਡ ਦੇ ਵਿੱਚ, ਉਹ ਵੀ ਮਤਲਬ ਵੱਖਰਾ ਜਿਹਾ ਕਾਰਾ ਸੀ। ਆ ਇਸ ਵਾਰ ਜੋ ਹੈ ਭਾਜੀ ਇਹ ਮਰ ਗਏ ਹੋਏ ਲੋਕੋ, ਜਿਹੜਾ ਕਿ ਲੋਕ ਹੱਸ ਹੱਸ ਕੇ ਕਹਿਣਗੇ, ਇਹਦੇ ਵਿੱਚ ਗਿੱਪੀ ਬਾਈ ਐਤਕੀ ਕੀ ਕੁਝ ਕਹਿ ਰਹੇ ਨੇ? ਲਾਸਟ ਫਿਲਮ ਆਈ ਸੀਗੀ ਜਿਹੜੀ ਕੈਰੀ ਔਨ ਜੱਟਾ, ਅਤੇ ਉਹ ਆਰਟਿਸਟਾਂ ਨਾਲ ਸਾਡੀ ਬੜੀ ਕੋਆਰਡੀਨੇਸ਼ਨ ਆ, ਸ਼ੁਰੂ ਤੋਂ ਫਿਲਮਾਂ ਇਕੱਠੇ ਕਰਦੇ ਆਏ ਹਾਂ, ਅਤੇ ਮੈਨੂੰ ਇੱਦਾਂ ਲੱਗਦਾ ਸੀ ਮੈਂ ਕਿਹਾ ਕਿਤੇ ਨਾ ਹੋਵੇ ਕਿ ਜਦੋਂ ਅਗਲੀ ਫਿਲਮ ਆਵੇ ਇਹ ਕਹਿਣਗੇ ਕੈਰੀ ਔਨ ਜੱਟਾ 3 ਤਾਂ ਨਹੀਂ ਗਈ ਕਿਤੇ, ਇਹਨਾਂ ਨੇ ਇਹਦਾ ਨਾਮ ਮਰ ਗਏ ਲੋਕ ਰੱਖ ਦਿੱਤਾ ਦਾ। ਸੋ ਹਸਾਵਾਂਗੇ ਐਤਕੀ ਵੀ, ਪਰ ਐਤਕੀ ਪੈਟਰਨ ਆਫ ਕਾਮੇਡੀ ਚੇਂਜ ਹੋ ਗਿਆ। ਸੋ ਨੋਰਮਲੀ ਕੀ ਹੁੰਦੀ ਆ ਸਾਡੀ ਫਿਲਮ ਹੁੰਦੀ ਆ 5:5, ਜਿੱਦਾਂ ਕੈਰੀ ਔਨ ਜੱਟਾ ਸੀ, ਇਹ ਹੈਗੀ ਆ ਸਟੋਰੀ ਡਰਿਵਨ। ਇੱਥੇ ਸਿਚੁਏਸ਼ਨ ਹਸਾਉਂਦੀ ਹੈ, ਉਹਦੇ 'ਚ 5 ਹਸਾਉਂਦਾ ਸੀਗਾ, ਉਹਦੇ 'ਚ ਡਾਇਲੋਗ ਹਸਾਉਂਦਾ ਸੀਗਾ, ਹੈ ਨਾ, ਉਹ ਫਰਕ ਹੈ। ਅਤੇ ਬਾਕੀ ਇਹ ਹੈਗਾ ਕਿ ਜਦੋਂ ਟਾਈਟਲ ਇਹਦਾ ਮਰ ਗਏ ਹੋਏ ਲੋਕੋ ਆ, ਤਾਂ ਇਹ ਕਾਫੀ ਹੱਦ ਤੱਕ ਮਰੇ ਹੋਏ ਲੋਕਾਂ ਦੀ ਕਹਾਣੀ ਆ ਜਿਹੜੇ ਮਰ ਚੁੱਕੇ ਨੇ। ਕੋਈ ਮਰਨ ਨੂੰ ਫਿਰਦੇ ਨੇ, ਕੋਈ ਮਰਨਾ ਚਾਹੁੰਦੇ ਆ, ਕੋਈ ਮਰ ਕੇ ਦੁਬਾਰਾ ਜੰਮਣਾ ਚਾਹੁੰਦੇ ਆ। ਅਤੇ ਮੈਨੂੰ ਤਾਂ ਯਾਦ ਆ ਜਿੱਦਣ ਅਸੀਂ ਸ਼ੂਟ ਕਰਦੇ ਸੀਗੇ, ਅਤੇ ਅਸੀਂ ਜਦੋਂ ਮਰਨ ਤੋਂ ਬਾਅਦ ਵਾਲਾ ਪਾਰਟ ਸ਼ੂਟ ਕਰਦੇ ਸੀ, ਮੈਨੂੰ ਘੁੱਗੀ ਭਾਅ ਜੀ ਕਹਿੰਦੇ ਯਾਰ ਮਰਨ ਤੋਂ ਬਾਅਦ ਸੱਚੀ ਆਹ ਕੁਛ ਹੁੰਦਾ? ਮੈਂ ਕੀ ਗੱਲ, ਕਹਿੰਦੇ ਸਾਲਾ ਮਰਨ ਨੂੰ ਜੀਜਿਆ ਕਰੀ ਜਾਂਦਾ ਵਾ, ਕਹਿੰਦੇ ਇੱਧਰ ਤਾਂ ਮੌਜਾਂ ਹੀ ਬੜੀਆਂ ਨੇ, ਹੈ ਨਾ। ਮੈਂ ਕਿਹਾ ਭਾਅ ਜੀ ਚੁੱਪ ਚੁੱਪ ਬੋਲੋ, ਕੀ ਗੱਲਾਂ ਕਰਦੇ ਹੋ? ਮੈਂ ਕਿਹਾ ਆਪਣੀ ਤਾਂ ਫੈਂਟਸੀ ਇੱਦਾਂ ਦੀ ਹੈ। ਅਤੇ ਬਾਕੀ ਇਹ ਥੋਟ ਹੈ, ਇਹ ਸੋਚ ਹੈ, ਅਤੇ ਕੋਸ਼ਿਸ਼ ਇਹ ਹੈ ਕਿ ਤੁਹਾਨੂੰ ਹਸਾਇਆ ਜਾਵੇ। ਗਿੱਪੀ ਭਾਅ ਜੀ ਨੇ ਇਹ ਫਿਲਮ ਲਿਖੀ ਹੈ ਔਰ ਪ੍ਰੋਡਿਊਸ ਨੇ ਇਹ ਫਿਲਮ ਕੀਤੀ ਹੈ, ਔਰ ਇੱਕ ਇੱਕ ਬਹੁਤ ਖਾਸ ਚੀਜ਼ ਇਹ ਹੈ ਕਿ ਮਲਕੀਤ ਸਰ ਦੇ ਨਾਲ ਇਸ ਫਿਲਮ ਦਾ ਟਾਈਟਲ ਟਰੈਕ ਕੀਤਾ ਗਿਆ। ਸੋ ਉਹਦੇ ਵਿੱਚ ਨਾ ਇਹ ਕਹਿਗੀ ਕਿ ਨਰਮ ਜਿਹੀ ਗਰਮ ਜਿਹੀ ਕੁੜੀ ਜਿਹੜੀ ਹੈ ਆ ਕੇ ਕੰਨ ਵਿੱਚ ਕੁਛ ਕਹੇਗੀ। ਭਾਅ ਜੀ ਕੀ ਕਹਿ ਕੇ ਗਈ ਪਹਿਲਾਂ ਤਾਂ ਦੱਸੋ। ਬਸ ਉਹ ਕੁਛ ਕਹੇਗੀ ਜੀ, ਤੂੰ ਇਹ ਹਿਸਾਬ ਲਾ ਲਾ ਵੀ ਜਦੋਂ ਕੁੜੀ ਨੇ ਕੁਛ ਕਿਹਾ ਤਾਂ ਉਸ ਤੋਂ ਬਾਅਦ ਹੋ ਗਿਆ ਮਰ ਗਏ ਹੋਏ ਲੋਕੋ, ਬਸ ਉਸ ਤੋਂ ਬਾਅਦ ਕੰਮ ਖਤਮ ਹੋ ਗਿਆ। ਕੀ ਕਿਹਾ ਹੋ ਸਕਦਾ ਤੁਹਾਡੇ ਲਈ? ਇੱਕ ਸਵਾਲ ਹੈ, ਤੁਸੀਂ ਦੱਸੋਗੇ ਸਾਨੂੰ ਕਿ ਕੁੜੀ ਨੇ ਕੀ ਐਸਾ ਕਿਹਾ ਸੀ ਜਿਹਦੇ ਨਾਲ ਬੰਦੇ ਕਹਿੰਦੇ ਮਰ ਗਏ ਲੋਕ? ਅੱਛਾ, ਇਮੀਡੀਏਟਲੀ ਇੱਕ ਕੰਮ ਕਰੋ, ਕਮੈਂਟ ਬਾਕਸ ਦੇ ਵਿੱਚ ਜਾ ਕੇ ਫਟਾਫਟ ਦੱਸੋ ਕਿ ਕੁੜੀ ਨੇ ਕੀ ਕਿਹਾ ਹੋਏਗਾ ਗਿੱਪੀ ਭਾਅ ਜੀ ਦੇ ਕੰਨ ਦੇ ਵਿੱਚ। ਹਾਂ, ਪਰ ਜ਼ਿਆਦਾ ਅਡਲਟ ਨਹੀਂ ਜਾਣਾ ਹੈਗਾ, ਮਤਲਬ ਠੀਕ ਠੀਕ ਕਹਿਣਾ ਵਾ ਨਾ ਕੋਈ, ਕਿਉਂਕਿ ਮੈਂ ਡਿਲੀਟ ਮਾਰ ਦੇਣਾ ਨੇ ਉਹ ਫਿਰ। ਨਹੀਂ, ਜਿਵੇਂ ਹੁਣ ਸਕਰੀਨ ਲਈ ਗਿੱਪੀ ਪਹਿਲੀ ਵਾਰੀ ਜੋ ਹੈ ਭੂਤ ਪ੍ਰੇਤ ਵਾਲਾ ਰੋਲ ਕਰਨ ਲੱਗੇ ਨੇ, ਆਤਮਾ ਵਾਲਾ ਰੋਲ ਕਰਨ ਲੱਗੇ ਨੇ, ਕਦੀ ਸਕੂਲ ਟਾਈਮ 'ਚ ਜਾਂ ਕਾਲਜ ਟਾਈਮ 'ਚ ਕਦੀ ਕਿਤੇ ਤੁਹਾਨੂੰ ਭੂਤ ਬਣਨ ਦੀ ਲੋੜ ਪਈ ਹੋਵੇ? ਨਹੀਂ, ਮੈਨੂੰ ਤਾਂ ਕਦੇ ਕੋਈ ਲੋੜ ਪਈ ਨਹੀਂ ਗੀ। ਮੈਂ ਉਹਦੇ 'ਚ ਕੈਰੀ ਔਨ ਜੱਟਾ 2 'ਚ ਅਸੀਂ ਭੂਤ ਬਣੇ ਸੀਗੇ, ਮੈਂ ਅਤੇ ਘੁੱਗੀ ਭਾਅ ਜੀ, ਅਤੇ ਉਹ ਸਾਡੇ ਡਾਂਗਾਂ ਪੈਂਦੀਆਂ ਨੇ ਪਿੱਛੇ ਭੱਲਾ ਸਾਹਿਬ ਗੋਲੀ ਚਲਾਉਂਦੇ ਨੇ, ਉਹਦੇ 'ਚ ਇੱਕ ਸੀਕੁਐਂਸ ਸੀਗਾ, ਅਤੇ ਜਦਕਿ ਮੈਂ ਉਸ ਸੀਕੁਐਂਸ ਦੇ ਬਹੁਤਾ ਹੱਥ 'ਚ ਨਹੀਂ ਸੀਗਾ, ਅਤੇ ਸਾਰਿਆਂ ਨੂੰ ਲੱਗਦਾ ਸੀ ਇਹ 'ਚ ਬੜੀ ਕੌਮੇਡੀ ਆ, ਅਤੇ ਮੈਂ ਕੀਤਾ ਸੀ। ਅਤੇ ਇਹਦੇ 'ਚ ਬਟ ਇਹਦੇ 'ਚ ਮੈਂ ਥੋੜ੍ਹਾ ਡਿਫਰੈਂਟ, ਕਿਉਂਕਿ ਐਕਚੁਲੀ ਕੀ ਹੈ ਕਿ ਜਦੋਂ ਆਪਾਂ ਸ਼ਬਦ ਸੁਣਦੇ ਹਾਂ ਨਾ ਭੂਤ ਪ੍ਰੇਤ, ਤਾਂ ਆਪਾਂ ਨੂੰ ਲੱਗਦਾ ਕਿ ਸਾਨੂੰ ਡਰਾਉਣਗੇ, ਹੈ ਨਾ। ਸੋ ਸਾਡੀ ਫਿਲਮ ਹੋਰਰ ਤਾਂ ਹੈ ਨਹੀਂ ਹੈ, ਸਾਡੀ ਫਿਲਮ ਤਾਂ ਕਾਮੇਡੀ ਹੈ। ਅਤੇ ਔਰ ਖਾਸ ਕਰਕੇ ਦੋ ਤਰੀਕੇ ਦੇ ਭੂਤ ਹੁੰਦੇ ਨੇ, ਇੱਕ ਹੁੰਦੇ ਨੇ ਕਿ ਜਿਹੜੇ ਤੁਹਾਨੂੰ ਤੁਸੀਂ ਸ਼ਕਲਾਂ ਮਕਲਾਂ ਦੇਖਦੇ ਹੋ ਤੁਹਾਨੂੰ ਡਰ ਲੱਗਦਾ, ਇੱਕ ਹੁੰਦੇ ਨੇ ਜਿਹਨਾਂ ਨੂੰ ਬੱਚੇ ਪਿਆਰ ਕਰਦੇ ਨੇ, ਹੈ ਨਾ। ਅਤੇ ਖਾਸ ਕਰਕੇ ਕਿ ਬੱਚਿਆਂ ਦੀ ਅਟਰੈਕਸ਼ਨ ਹੁੰਦੇ ਨੇ ਉਹ ਭੂਤ, ਹੈ ਨਾ, ਕਿ ਉਹ ਇਹ ਕਿੱਦਾਂ ਦੀ ਚੀਜ਼ ਆਪਾਂ ਦੇਖ ਕੇ ਆਈਏ, ਹੈ ਨਾ। ਸੋ ਸਾਡੇ ਵਾਲੇ ਉਸ ਟਾਈਪ ਦੇ ਨੇ। ਆਪਾਂ ਨਾ ਬਚਪਨ 'ਚ ਛੋਟੇ ਹੁੰਦੇ ਵੀ ਆਪਾਂ ਬਾਊ ਬਣਦੇ ਹੁੰਦੇ ਸੀ ਨਾ, ਸੋ ਤੁਹਾਡੇ ਘਰ ਦੇ ਵਿੱਚ ਵੀ ਦੋ ਪਿਆਰੇ ਪਿਆਰੇ ਬੱਚੇ ਨੇ, ਸੋ ਉਹ ਬਾਊ ਕਿੱਦਾਂ ਬਣਦੇ ਨੇ? ਜਿਵੇਂ ਮੈਂ ਤਾਂ ਚਾਦਰ ਲੈ ਕੇ ਬਣਦਾ ਹੁੰਦਾ ਸਾਂ, ਜਾਂ ਫਿਰ ਮੈਂ ਨਕਲੀ ਦੰਦ ਲਗਾਉਂਦਾ ਹੁੰਦਾ ਸਾਂ, ਉਹ ਕਿਵੇਂ ਬਾਊ ਬਣਦੇ ਨੇ? ਐਕਚੁਲੀ ਕੀ ਆ, ਹੁਣ ਤਾਂ ਬਹੁਤ ਕੰਮ ਮਾਡਰਨ ਹੋ ਗਿਆ ਜੀ, ਸੋ ਹੁਣ ਤਾਂ ਇੱਦਾਂ ਦੀਆਂ ਚੀਜ਼ਾਂ ਬੜੀਆਂ ਚੱਲ ਪਈਆਂ, ਬੱਚੇ ਨਵੀਆਂ ਨਵੀਆਂ ਚੀਜ਼ਾਂ ਕਰਕੇ ਦਿਖਾਉਂਦੇ ਆ, ਹੈਲੋਵੀਨ ਸ਼ੈਲੋਵੀਨ ਹੋਣ ਲੱਗ ਗਈ, ਸਾਡੇ ਵਾਰੀ ਤਾਂ ਪਤਾ ਹੀ ਨਹੀਂ ਸੀ ਹੁੰਦਾ। ਸੋ ਭੂਤਾਂ ਬਣ ਬਣ ਇੱਕ ਦੂਜੇ ਦੇ ਘਰ ਜਾਂਦੇ ਆ, ਕਦੇ ਆ ਤੇਰੇ ਨੂੰ ਦੰਦ ਲਾ ਲੈਂਦੇ ਆ, ਕਦੇ ਕੁਛ ਕਰਦੇ ਆ, ਕਦੇ ਕੁਛ ਕਰਦੇ ਆ। ਸੋ ਬਹੁਤ ਜ਼ਿਆਦਾ ਸਿਸਟਮ ਚੇਂਜ ਹੋ ਗਿਆ ਜੀ, ਅਤੇ ਹੁਣ ਤਾਂ ਉਹ ਚੀਜ਼ਾਂ ਨਹੀਂ ਰਹੀਆਂ, ਕਿਉਂਕਿ ਮੈਨੂੰ ਇੱਦਾਂ ਲੱਗਦਾ ਹੁੰਦਾ ਸੀਗਾ ਕਿ ਜਦੋਂ ਮੈਂ ਛੋਟਾ ਸੀ ਉਦੋਂ ਛੋਟੀ ਜਿਹੀ ਚੀਜ਼ 'ਚ ਖੁਸ਼ੀ ਮਿਲਦੀ ਸੀ, ਹੁਣ ਕਈ ਵਾਰੀ ਵੱਡੀ ਚੀਜ਼ 'ਚ ਵੀ ਖੁਸ਼ੀ ਨਹੀਂ ਮਿਲਦੀ, ਹੈ ਨਾ। ਸੋ ਫਰਕ ਤਾਂ ਪੈ ਗਿਆ ਵਕਤ ਦਾ। ਆਪਾਂ ਮਤਲਬ ਲੁਕਣ ਮੀਚੀ ਖੇਡਦੇ ਖੇਡਦੇ ਦੱਪਾ ਵੀ ਕਿਸੇ ਨੂੰ ਕਰ ਆਉਂਦੇ, ਹੈ ਨਾ, ਪਹਿਲਾਂ ਜਾ ਕੇ, ਅਤੇ ਉਹ ਪਤਾ ਨਹੀਂ ਕੀ ਜੰਗ ਜਿੱਤ ਲਈ ਪਹਿਲਾਂ ਹੋ ਜਾਂਦਾ ਸੀ, ਉਹਦਾ ਖਤਮ ਹੋ ਗਿਆ ਗੱਲ ਜੀ। ਸੋ ਜੇ ਕਦੀ ਤੁਹਾਨੂੰ ਗਾਇਬ ਹੋ ਕੇ ਮਲਕੀਤ ਸਰ ਦੇ ਰੂਮ 'ਚ ਜਾਣ ਦਾ ਮੌਕਾ ਮਿਲੇ ਜਾਂ ਉਹਨਾਂ ਦੇ ਘਰ ਜਾਣ ਦਾ ਮੌਕਾ ਮਿਲੇ, ਤਾਂ ਕੀ ਕਰੋਗੇ ਜਾ ਕੇ? ਮਲਕੀਤ ਜੀ ਦੇ
ਨਹੀਂ ਮੈਂ ਉਹਨਾਂ ਦੇ ਘਰ ਜਾ ਕੇ ਤਾਂ ਮਤਲਬ ਉਹਨਾਂ ਦੇ ਰੂਮ 'ਚ ਜਾ ਕੇ ਮੈਂ ਕੋਈ ਚੀਜ਼ ਇੱਦਾਂ ਦੀ ਨਹੀਂ ਕਰੂੰਗਾ, ਕਿਉਂਕਿ ਮੈਂ ਤਾਂ ਜੈਨੂਅਨਲੀ ਬੜੀ ਰਿਸਪੈਕਟ ਕਰਦਾ ਉਹਨਾਂ ਦੀ। ਔਰ ਕੀ ਸੀਗਾ ਕਿ ਮੈਨੂੰ ਯਾਦ ਆ ਜਦੋਂ ਅਸੀਂ ਇਹ ਫਿਲਮ ਦਾ ਟਾਈਟਲ ਰੱਖਿਆ ਸੀ ਨਾ, ਅਤੇ ਫਿਲਮ ਦੇ ਰਿਲੇਟਡ ਅਸੀਂ ਬੜੇ ਟਾਈਟਲ ਲੱਭੇ, ਆਹ ਰੱਖ ਦਈਏ ਉਹ ਰੱਖ ਦਈਏ, ਪਹਿਲਾਂ ਹੋਰ ਟਾਈਟਲ ਸੀ ਫਿਲਮ ਦਾ। ਮੈਨੂੰ ਇੱਦਾਂ ਸੀ ਕਿ ਯਾਰ ਓਕੇ ਟਾਈਪ ਹੈ ਕਿ ਬਹੁਤ ਅੱਛਾ ਪੰਚ ਨਹੀਂ ਆ ਰਿਹਾ, ਮੇਰੇ ਇੱਕਦਮ ਮਨ 'ਚ ਆਇਆ ਮਰ ਗਏ ਲੋਕੋ, ਅਤੇ ਮੈਂ ਕਿਹਾ ਯਾਰ ਆਹ ਟਾਈਟਲ ਬਹੁਤ ਅੱਛਾ ਕਿ ਲੈਟਸ ਗੋ ਫੋਰ ਮਰ ਗਏ ਲੋਕੋ। ਸਾਰਿਆਂ ਨੂੰ ਸੁਣਾਇਆ, ਸਾਰੇ ਕਹਿੰਦੇ ਵਧੀਆ ਵਧੀਆ ਵਧੀਆ। ਮਰ ਗਏ ਲੋਕੋ ਜਦੋਂ ਫਾਈਨਲ ਹੋਇਆ, ਫਿਰ ਮੇਰੇ ਮਨ 'ਚ ਆ ਗਿਆ, ਮੈਂ ਕਿਹਾ ਯਾਰ ਮਲਕੀਤ ਭਾਈ ਦਾ ਗਾਣਾ ਆਉਂਦਾ ਸੀ ਵੀ ਮੈਂ ਬਚਪਨ 'ਚ ਬੜਾ ਸੁਣਦਾ ਰਿਹਾ, ਕਿਉਂਕਿ ਤੂਤੀਆਂ ਵਾਲੀ ਐਲਬਮ ਦੇ ਵਿੱਚ ਸੀਗਾ ਇਹ ਗਾਣਾ। ਅਤੇ ਮੈਂ ਬੈਠੇ ਬੈਠੇ ਨੇ ਉੱਥੇ ਹੀ ਹਾਲੇ ਟਾਈਟਲ ਰਜਿਸਟਰ ਕਰਾਉਣਾ ਭੇਜਿਆ, ਹਾਲੇ ਟਾਈਟਲ ਰਜਿਸਟਰ ਹੋ ਕੇ ਵੀ ਨਹੀਂ ਸੀ ਆਇਆ, ਅਤੇ ਮੈਂ ਮਲਕੀਤ ਭਾਈ ਨੂੰ ਮੈਸੇਜ ਮਾਰ ਲਿਆ, ਮੈਂ ਕਿਹਾ ਭਾਜੀ ਤੁਹਾਡਾ ਗਾਣਾ ਸੀ ਉਹਦੇ ਰਾਈਟਸ ਕਿਸ ਕੰਪਨੀ ਕੋਲ ਨੇ? ਅਤੇ ਕਹਿੰਦੇ ਕੀ ਗੱਲ? ਮੈਂ ਕਿਹਾ ਭਾਜੀ ਵੀ ਮੇਰੀ ਇੱਕ ਫਿਲਮ ਹੈ ਉਹਦਾ ਟਾਈਟਲ ਹੈ ਅਤੇ ਮੈਂ ਉਹ ਗਾਣਾ ਯੂਜ਼ ਕਰਨਾ ਚਾਹੁੰਦਾ। ਕਹਿੰਦੇ ਕਰ ਲਾ। ਮੈਂ ਕਿਹਾ ਭਾਜੀ ਵੀ ਬਟ ਉਹ ਰਾਈਟਸ ਰੂਟਸ ਮੈਨੂੰ ਚਾਹੀਦੇ। ਕਹਿੰਦੇ ਉਹ ਇੱਕ ਹੀ ਐਲਬਮ ਇੱਦਾਂ ਦੀ ਹੈ ਜਿਹਦੇ ਸਾਰੇ ਰਾਈਟਸ ਮੇਰੇ ਕੋਲ ਨੇ। ਮੈਂ ਕਿਹਾ ਲਓ ਬਣ ਗਈ ਗੱਲ। ਮੈਂ ਆਈ ਨੂੰ ਮਾਰਿਆ ਫੋਨ, ਮੈਂ ਕਿਹਾ ਭਾਜੀ ਇੱਦਾਂ ਦਾ ਆਪਾਂ ਇਹਨੂੰ ਰੀਕ੍ਰੀਏਟ ਕਰੀਏ, ਯੇ ਵੋ ਬਲਾ ਬਲਾ। ਸੋ ਮੈਂ ਲੱਗਦਾ ਕਿ ਜਦੋਂ ਕਿ ਤੁਸੀਂ ਛੋਟੇ ਹੁੰਦੇ ਹੋ, ਜਦੋਂ ਤੁਹਾਨੂੰ ਗਾਣਿਆਂ ਦੀ ਸੈਂਸ ਆਉਣ ਲੱਗਦੀ ਹੈ, ਜਦੋਂ ਤੁਸੀਂ ਸਮਝਣ ਲੱਗਦੇ ਹੋ ਗਾਣੇ, ਜਦੋਂ ਤੁਸੀਂ ਗਾਣੇ ਇੰਜੋਏ ਕਰਨ ਲੱਗਦੇ ਹੋ, ਉਸ ਵਕਤ ਤੂਤੀਆਂ ਸਭ ਤੋਂ ਹਿੱਟ ਸੀ। ਬਿਲਕੁਲ। ਸੋ ਮਲਕੀਤ ਭਾਜੀ ਦੀ ਐਲਬਮ ਮੈਨੂੰ ਅੱਜ ਵੀ ਯਾਦ ਆ। ਮੈਂ ਇੱਕ ਇੰਟਰਵਿਊ 'ਚ ਪਹਿਲਾਂ ਵੀ ਕਹੀ ਸੀਗੀ ਕਿ ਅਸੀਂ ਆਪਣੇ ਘਰ 'ਚ ਜਿਹੜੀ ਪਹਿਲੀ ਟੇਪ ਰਿਕਾਰਡ ਲੈ ਕੇ ਆਉਂਦੀ ਸੀ ਨਾ, ਉਹ ਟੇਪ ਰਿਕਾਰਡ ਵੇਚਣ ਵਾਲਾ ਟੇਪ ਰਿਕਾਰਡ ਦੇ ਇੰਨੇ ਫੰਕਸ਼ਨ ਨਹੀਂ ਸੀ ਦੱਸ ਰਿਹਾ ਉਸਦੇ। ਵਾਰ ਵਾਰ ਦੱਸੀ ਜਾਂਦਾ ਸੀ ਇਹਦੇ ਨਾਲ ਮਲਕੀਤ ਸਿੰਘ ਦੀ ਐਲਬਮ ਫ੍ਰੀ ਮਿਲੇਗੀ, ਫ੍ਰੀ ਮਿਲੇਗੀ। ਉਹਨੂੰ ਐਂ ਸੀ ਕਿ ਐਲਬਮ ਦੇ ਚੱਕਰ 'ਚ ਇਹ ਟੇਪ ਖਰੀਦ ਲੈਣ, ਹੈ ਨਾ? ਔਰ ਅਸੀਂ ਖਰੀਦ ਲਈ, ਹੈ ਨਾ? ਸੋ ਮੈਂ ਮਲਕੀਤ ਭਾਈ ਨੂੰ ਦੱਸਿਆ, ਮੈਂ ਕਿਹਾ ਵੀ ਉਹ ਖਰੀਦ ਲਈ। ਸੋ ਇਸ ਕਰਕੇ ਮੈਂ ਉਹਨਾਂ ਦੇ ਕਿਤੇ ਵੀ ਜਾ ਕੇ ਕੋਈ ਵੀ ਪੁੱਠ ਸਿੱਧੀ ਚੀਜ਼ ਨਹੀਂ ਕਰ ਸਕਦਾ ਹੈਗਾ, ਕਿਉਂਕਿ ਮੈਂ ਉਹਨਾਂ ਦੀ ਬਹੁਤ ਰਿਸਪੈਕਟ ਕਰਦਾ। ਅੱਛਾ, ਤੇ ਜੇ ਕਿਤੇ ਤੁਹਾਨੂੰ ਗਾਇਬ ਹੋ ਕੇ ਕਿਸੇ ਆਪਣੇ ਜਿਹੜੇ ਕੋਲ, ਤੂੰ ਇਹ ਨਾ ਪੁੱਛੀ ਵੀ ਜੇ ਮੈਂ ਤੇਰੇ ਕੋਲ ਆ ਗਿਆ ਫਿਰ ਕੀ ਕਰੂੰ? ਹਾਂ, ਤੇ ਟੱਪਾ ਲੱਤੂਗਾ ਇਹਨੂੰ ਕੌਣ ਦੱਸਦਾ ਫਿਲਮ ਦੀ ਸਟੋਰੀ ਪਹਿਲਾਂ, ਇਹ ਦੱਸੋ ਹੋਰ ਕੀ ਕਹਿਣ ਲੱਗਿਆ ਸੀ? ਸੋ ਜਿਹੜੇ ਕੋ ਸਟਾਰ ਨੇ, ਗਿੱਪੀ ਭਾਜੀ ਨੇ, ਆਪਣਾ ਗੁਰਪ੍ਰੀਤ ਭਾਜੀ ਨੇ, ਸੋ ਬੀਨੂ ਢਿੱਲੋਂ ਭਾਜੀ ਨੇ, ਸੋ ਉਹਨਾਂ ਵਿੱਚੋਂ ਜੇ ਕਿਸੇ ਦੇ ਜੋ ਹੈ ਘਰ ਜਾਂ ਕਿਸੇ ਦੇ ਨਾਲ ਗਾਇਬ ਹੋ ਕੇ ਰਹਿਣ ਦਾ ਮੌਕਾ ਮਿਲੇ ਤਾਂ ਕੀ ਕਰੋਗੇ? ਕੀ ਕਰੂੰਗਾ? ਨਹੀਂ ਨਹੀਂ, ਮੈਂ ਬੀਨੂ ਨਾਲ ਤਾਂ ਮੈਂ ਬਿਲਕੁਲ ਨਾ ਰਹਾਂ। ਬੀਨੂ ਨੇ ਤਾਂ ਮੇਰੀਆਂ ਚੁਗਲੀਆਂ ਕਰਦੇ ਹੋਣਾ ਕਿਤੇ ਨਾ ਖੱਬੇ ਸੱਜੇ, ਹੈ ਨਾ? ਉਹਨਾਂ ਨਾਲ ਨਹੀਂ ਮੈਂ ਰਹੂੰਗਾ। ਅਤੇ ਨਹੀਂ, ਮੈਂ ਐਕਚੁਲੀ ਕੀ ਆ ਵੀ ਬਾਕੀ ਮੇਰੇ ਤੋਂ ਵੱਡੇ ਹੀ ਨੇ ਸਾਰੇ, ਇਨਕਲੂਡਿੰਗ ਬੀਨੂ ਵੀ ਵੱਡਾ ਹੀ ਆ ਮੇਰੇ ਤੋਂ। ਉਹਨਾਂ ਨੂੰ ਪਤਾ ਲੱਗ ਗਿਆ ਮੇਰੇ ਬਾਅਦ 'ਚ ਟੰਬ ਫਿਰਨਗੇ ਉਹ, ਕਿਉਂਕਿ ਐਂ ਆ ਕਿ ਸਾਡੀ ਜਿਹੜੀ ਟੀਮ ਹੈ ਅਸੀਂ ਇੱਕ ਦੂਜੇ ਨਾਲ ਬਹੁਤ ਕਲੋਜ਼ਲੀ ਐਸੋਸੀਏਟਡ ਹਾਂ। ਔਰ ਖਾਸ ਕਰਕੇ ਜੇ ਬੀਨੂ ਦੀ ਮੈਂ ਗੱਲ ਕਰਾਂ ਤਾਂ ਜਦੋਂ ਮੈਂ ਆਪਣੀ ਸਟਰਗਲ ਸ਼ੁਰੂ ਕੀਤੀ ਸੀ ਤਾਂ ਬੀਨੂ ਦੀ ਉਸ ਵੇਲੇ ਮੇਰੀ ਸਟਰਗਲ ਜਦੋਂ ਖਤਮ ਹੋਈ ਸੀ ਤਾਂ ਬੀਨੂ ਦੀ ਬਹੁਤ ਬੁਰੀ ਤਰ੍ਹਾਂ ਵਾਲੀ ਸਟਰਗਲ ਚੱਲ ਰਹੀ ਸੀ। ਅਤੇ ਜਦਕਿ ਉਹ ਇੰਨਾ ਅੱਛਾ ਐਕਟਰ ਹੋ ਗਏ, ਕੰਮ ਨਹੀਂ ਸੀ ਕਿਤੇ ਮਿਲ ਰਿਹਾ, ਕੰਮ ਨਹੀਂ ਸੀ ਮਿਲ ਰਿਹਾ। ਔਰ ਕੰਮ ਮਿਲਦਾ ਸੀ ਤਾਂ ਕੋਈ ਪੈਸੇ ਨਹੀਂ ਸੀ ਮਿਲ ਰਹੇ, ਇੱਕ ਤਾਂ ਉਹਦਾ ਇੰਨਾ ਮੰਦਾ ਚੱਲਦਾ ਸੀ। ਮੈਨੂੰ ਯਾਦ ਆ ਇਟਸ ਇੱਕ ਟੂ ਥਾਊਜ਼ੰਡ 9 ਦੇ ਆਸ ਪਾਸ ਦੀ, ਉਹਦਾ ਇੰਨਾ ਮੰਦਾ ਸੀਗਾ ਅਤੇ ਕੋਈ ਪੈਸਾ ਨਹੀਂ ਸੀ ਹੁੰਦਾ, ਕੰਮ ਨਹੀਂ ਸੀ ਹੁੰਦਾ। ਇੱਕ ਵਿਚਾਰਕ ਉਹਦੇ ਕੋਲ ਕਾਰ ਹੁੰਦੀ ਸੀ ਜ਼ੈਨ, ਹਾਂ, ਅਤੇ ਉਹਦੇ 'ਚ ਤੇਲ ਪਵਾਉਣ ਨੂੰ ਪੈਸੇ ਨਾ ਹੋਇਆ ਕਰਨੇ, ਉੱਤੋਂ ਮਾੜੀ ਕਿਸਮਤ ਨੂੰ ਉਹ ਵੀ ਚੋਰੀ ਹੋ ਗਈ ਅਤੇ ਇੰਨੀ ਟ੍ਰੈਜਡੀ ਦੇ ਵਿੱਚ। ਸੋ ਉਦੋਂ ਦੇ ਇਕੱਠੇ ਐਸੋਸੀਏਟ ਹੋਏ ਹੋਏ ਕਰਦੇ 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 ਹੁਣ ਤੱਕ ਜਾ ਕੇ ਪਹੁੰਚੇ ਹਾਂ। ਸੋ ਹੁਣ ਅਸੀਂ ਇੰਨੇ ਖੁੱਲ੍ਹੇ ਹੋਏ ਹਾਂ, ਜੇ ਮੈਨੂੰ ਲੱਗਦਾ ਕਿ ਕੋਈ ਹੋਰ ਗਾਇਬ ਹੋ ਕੇ ਮੇਰੇ ਨਾਲ ਆ ਜਾਵੇ ਤਾਂ ਮੈਨੂੰ ਪਤਾ ਲੱਗੇ ਮੈਂ ਵੀ ਟੰਬ ਬਹੁਤ ਫੇਰੂ ਉਹਦੇ। ਓਕੇ ਜੀ, ਸੋ ਹੁਣ ਕੌਣ ਕਿੱਧਰ ਗਾਇਬ ਹੋਏਗਾ ਔਰ ਇਹ ਗਾਇਬ ਹੋਣ ਹਵਾਨ ਦੀਆਂ ਗੱਲਾਂ ਜਿਹੜੀਆਂ ਨੇ ਇਹ ਤੁਹਾਨੂੰ ਕਿਵੇਂ ਹਸਾਣਗੀਆਂ ਇਹ ਤਾਂ ਫਿਲਮ ਵੇਖ ਕੇ ਪਤਾ ਲੱਗੇਗਾ। ਬਾਕੀ ਇਸ ਫਿਲਮ ਦੇ ਵਿੱਚ ਮਜ਼ੇਦਾਰ ਗੱਲ ਇਹ ਹੈ ਕਿ ਕੋਈ ਜੋ ਹੈ ਅਗਲੀ ਦੁਨੀਆ ਪਹੁੰਚ ਚੁੱਕਿਆ, ਕੋਈ ਇਸ ਦੁਨੀਆ ਦੇ ਵਿੱਚ ਹੈ, ਕੋਈ ਇਸ ਦੁਨੀਆ ਦੇ ਵਿੱਚ ਰਹਿੰਦਾ, ਕਦੀ ਛੁੱਟੀ ਲੈ ਕੇ ਉਸ ਦੁਨੀਆ 'ਚ ਚਲਾ ਜਾਂਦਾ, ਕਦੀ ਵਾਪਸ ਆ ਜਾਂਦਾ, ਮਤਲਬ ਇੰਨਾ ਕੁਝ ਹੈ ਵੀ ਕਈ ਬੰਦੇ ਇਸ ਦੁਨੀਆ ਅਤੇ ਉਸ ਦੁਨੀਆ ਦੇ ਵਿੱਚ ਵਿਚਾਲੇ ਵੀ ਰਹਿੰਦੇ ਨੇ। ਇਹ ਨਵੀਂ ਚੀਜ਼ ਹੈ, ਸੋ ਚੈੱਕ ਆਊਟ ਕਰਿਆ ਜੇ ਮਰ ਗਏ ਹੋਏ ਲੋਕੋ।